ओ छोड़ू, ए तू नहीं चलदा, ए तेरा टाइम है। छोड़े, ए तू नहीं चलदा, ए तेरा टाइम है, पर दुनिया तुयो खिंची फिरदा है, ए तेरा वहम है। भेडा मगर लगियां फिरदियां, वाह वाह, सिद्धू नाल लगदा कंट्रोवर्सी है सॉन्ग च भी है। लै जी, ठीक है। ਜਿਹੜੇ ਗਲਤ ਕਾਲਾਂ ਕਰਦੇ ਸੀ ਜਾਂ ਕਿੱਦਾਂ ਵੀ ਆ, ਸਾਰੇ ਦੀ ਰਿਪੋਰਟ ਕਰ ਦਿੱਤੀ ਗਈ ਹੈ ਬਾਈ। ਬੱਬੂ ਮਾਨ ਸਾਹਿਬ ਕਿਵੇਂ ਦੇ ਸਿੰਗਰ ਨੇ ਜੀ, ਬਾਈ ਸਭ ਦਾ ਆਪਣਾ ਆਪਣਾ ਨਜ਼ਰੀਆ ਹੁੰਦਾ ਹਰ ਕਿਸੇ ਨੂੰ ਦੇਖਣ ਦਾ। ਜੇ ਤੁਹਾਨੂੰ ਵਧੀਆ ਲੱਗਦੇ ਨੇ ਤਾਂ ਬਹੁਤ ਵਧੀਆ ਨੇ, ਜਿਹੜੀ ਚੀਜ਼ ਵਧੀਆ ਹੋਊਗੀ ਉਹਨੂੰ ਵਧੀਆ ਕਹੋ। ਕਈ ਗਾਣੇ ਉਹਨਾਂ ਦੇ ਬਹੁਤ ਉਮਦਾ ਨੇ, ਸਿਰੇ ਦੇ ਨੇ, ਪਰ ਕਈ ਜਗ੍ਹਾ ਵਿਚਾਰਾਂ ਦਾ ਤਾਲਮੇਲ ਵੀ ਹੁੰਦਾ ਹੈ। ਉਦੋਂ ਡਾਈਪਰ ਲਾਉਂਦੇ ਸੀ ਜਿਹੜੇ ਜਵਾਕ ਨਿਕੇ ਨਿਕੇ ਨਾ, ਇਹ ਡਾਈਪਰ ਲਾਉਂਦੇ ਸੀ ਜਦੋਂ ਮੈਂ ਫੇਮ ਭਾਲ ਗਿਆ। ਪਰਵਾਹ ਨਹੀਂ ਕਰਦਾ ਵੀ ਇਹਦੇ ਇੰਨੇ ਫੈਨ ਹੈ ਤੇ ਇਹਦੇ ਇੰਨੇ ਵਿਊ ਹੈ। ਜਦੋਂ ਚਿੱਤ ਕਰੂਗਾ ਦਿਲੋਂ ਬੋਲਾਂਗੇ, ਜਦੋਂ ਦਿਲ ਨਹੀਂ ਕਰਦਾ ਬੋਲਣ ਨੂੰ ਉਦੋਂ ਕੀ ਬੋਲਾਂਗੇ। ਮਜਬੂਰੀ ਨਹੀਂ, ਧੱਕਾ ਨਹੀਂ ਚੱਲਦਾ ਵੀਰੇ, ਪਰ ਟਕਾ ਕੇ ਜਦੋਂ ਨੈਸ਼ਨਲ ਵਿਲੇਜਰ 2 ਆਊਗਾ ਤਸੱਲੀ ਕਰਾ ਦਾਂਗੇ। ਰੋਹੀ ਗੱਲ ਹੈ ਨਾ, ਉਹ ਕਾਕਾ ਤੂੰ ਨਹੀਂ ਚੱਲਦਾ, ਇਹ ਤੇਰਾ ਟਾਈਮ ਹੈ, ਇੰਡਸਟਰੀ ਤੋਂ ਹੀ ਖਿੱਚੀ ਫਿਰਦਾ ਬੇਟੇ, ਤੇਰਾ ਵਹਿਮ ਹੈ। ਤੁਹਾਨੂੰ ਭਰਾ ਦੱਸ ਹੀ ਦਿੰਦੇ ਆ ਵੀ ਗਾਇਕੀ ਹੁੰਦੀ ਕੀ ਆ। ਉਹ ਗੱਗੂ ਰਾਜੋ ਮਾਜਰੀ ਆ, ਵਾਹ ਕਹਿੰਦਾ ਉੱਡਦਾ ਤੀਰ ਚੜ੍ਹਦੀ ਕਲਾ ਚ ਰਹਿ ਵੀਰੇ, ਤੀਰ ਦਾ ਰੁੱਖ ਤਾਂ ਬਦਲ ਜਾਂਦਾ ਹੁੰਦਾ ਹੈ, ਪਿੱਛਾ ਬਚਾ ਕੇ ਰੱਖਣਾ ਰਾਜੋ ਮਾਜਰੀਆ ਜੀ। ਨਾ ਮੈਂ ਰੁਪਈਆ ਲਾਉਣਾ ਵੀਵਾਂ ਦੇ, ਨਾ ਮੈਂ ਪਹਿਲਾਂ ਲਾਉਂਦਾ ਤੇ ਨਾ ਮੈਂ ਹੁਣ ਲਾਉਣਾ ਰੁਪਈਆ ਵੀਵਾਂ ਦੇ। ਮੂਸਾ ਤੋਂ ਕੀ ਮਤਲਬ ਹੈ ਬਾਈ ਜੀ, ਥੋੜ੍ਹਾ ਸਬਰ ਵੀ ਰੱਖੋ, ਆਉਣ ਤਾਂ ਦਿਓ ਜਿੱਥੇ ਤੁਸੀਂ ਸਮਝ ਰਹੇ ਹੋ ਸ਼ਾਇਦ ਉਹੀ ਹੋਵੇ। ਅਖੇ ਜੀ, ਮੂਸੇ ਵਾਲਾ ਵੀ ਮਾੜਾ ਤੇ ਉਹਦੇ ਫੈਨ ਵੀ ਮਾੜੇ ਆ, ਤੁਹਾਡੇ ਘਰ ਦਾ ਤਾਂ ਨਹੀਂ ਖਾਂਦੇ ਫਿਰ ਤੁਹਾਨੂੰ ਕਾਹਦੇ ਸਾੜੇ ਆ, ਨਾਲੇ ਸੁਣਦੇ ਆ ਪਤੰਦਰ ਨੂੰ, ਨਾਲੇ ਮਾੜਾ ਲੱਗਦਾ ਤੁਹਾਡੇ ਵਾਂਗੂ ਮੇਕਅਪ ਨਹੀਂ ਕਰਦਾ, ਜਿਵੇਂ ਦਾ ਹੈਗਾ ਝੋਟੇ ਵਰਗਾ ਸਰੀਰ ਆ ਉਵੇਂ ਹੀ ਫਵਦਾ, ਗੁੱਤਾਂ ਕਰ ਲੋ ਲੰਮੀਆਂ, ਲੋੜ ਤੁਹਾਨੂੰ ਸ਼ੈਂਪੂਆਂ ਦੀ ਆ। ਜਿਹੜੇ ਸਿੱਧੂ ਨੂੰ ਕਮੈਂਟਾਂ ਚ ਮਾੜਾ ਬੋਲਣਗੇ ਨਾ, ਉਹ ਜਾਤ ਨਹੀਂ ਦੀ ਟੈਂਪੂਆਂ ਦੀ ਆ। ਜਿਹੜੇ ਸਾਡੇ ਬਣੇ ਖੱਡੇ ਆ ਭੌਂਕ ਰਹੇ, ਆਹ ਸਾਡੀ ਚੁੱਪ ਕੋਲੋਂ ਡਰੇ ਹੋਏ ਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼ ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਨਵੀਂ ਪੀੜ੍ਹੀ ਦਾ ਗਾਇਕ ਸਿੱਧੂ ਮੂਸੇਵਾਲਾ ਹਮੇਸ਼ਾ ਚਰਚਾ ਵਿੱਚ ਹੀ ਰਹਿੰਦਾ ਹੈ, ਉਹ ਚਾਹੇ ਆਪਣੇ ਗੀਤਾਂ ਕਰਕੇ ਹੋਵੇ ਜਾਂ ਫਿਰ ਆਪਣੇ ਸੋਸ਼ਲ ਮੀਡੀਆ ਦੇ ਰਿਪਲਾਈਜ਼ ਕਰਕੇ, ਜਿਸ ਕਰਕੇ ਕੁਝ ਲੋਕਾਂ ਵੱਲੋਂ ਮਸ਼ਹੂਰ ਹੋਣ ਲਈ ਸਿੱਧੂ ਮੂਸੇਵਾਲੇ ਨੂੰ ਪੁੱਠਾ ਸਿੱਧਾ ਬੋਲਿਆ ਜਾਂਦਾ ਹੈ, ਤਾਂ ਕਿ ਸਿੱਧੂ ਉਹਨਾਂ ਨੂੰ ਜਵਾਬੀ ਵਿੱਚ ਆਪਣਾ ਰਿਪਲਾਈ ਕਰੇ ਤੇ ਉਹ ਰਾਤੋ ਰਾਤ ਮਸ਼ਹੂਰ ਹੋ ਜਾਣ। ਪਰ ਅਜਿਹਾ ਅੱਜ ਤੱਕ ਕਦੇ ਨਹੀਂ ਹੋਇਆ ਕਿ ਸਿੱਧੂ ਵੱਲੋਂ ਕਿਸੇ ਵੀ ਗਾਇਕ ਨੂੰ ਬੋਲਣ ਦੀ ਪਹਿਲ ਕੀਤੀ ਗਈ ਹੋਵੇ। ਕੁਛ ਅਜਿਹਾ ਹੀ ਹੋਇਆ ਪਿਛਲੇ ਵਾਰ ਜਦੋਂ ਮਨਿੰਦਰ ਬਾਠ ਵੱਲੋਂ ਸਿੱਧੂ ਬਾਰੇ ਕਾਫੀ ਬੁਰਾ ਭਲਾ ਕਿਹਾ ਗਿਆ ਤੇ ਸਿੱਧੂ ਨੂੰ ਕਈ ਚੈਲੰਜ ਵੀ ਕੀਤੇ ਗਏ। ਇਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਫੈਨਸ ਵੱਲੋਂ ਮਨਿੰਦਰ ਬਾਠ ਨੂੰ ਕਮੈਂਟ ਕਰ ਖੜੀਆਂ ਖੜੀਆਂ ਸੁਣਾਈਆਂ ਗਈਆਂ। ਬੀਤੇ ਦਿਨੀ ਜੱਸੀ ਜਸਰਾਜ ਵੱਲੋਂ ਵੀ ਆਪਣੇ ਆ ਰਹੇ ਨਵੇਂ ਗੀਤ ਇੰਟਰਨੈਸ਼ਨਲ ਵਿਲੇਜਰ 2 ਮੂਸਾ ਬਾਰੇ ਜ਼ਿਕਰ ਕਰਦੇ ਹੋਏ ਸਿੱਧੂ ਦੇ ਧੱਕਾ ਗੀਤ ਦੀ ਟੈਗ ਲਾਈਨ ਮੂਸੇ ਵਾਲਾ ਜੱਟ 69 ਵਰਗਾ ਇਕੱਲਾ ਹੀ ਇੰਡਸਟਰੀ ਨੂੰ ਖਿੱਚੀ ਫਿਰਦਾ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਛੋਟੂ ਤੂੰ ਨੀ, ਤੇਰਾ ਟਾਈਮ ਆ, ਇੰਡਸਟਰੀ ਤੂੰ ਹੀ ਖਿੱਚੀ ਫਿਰਦਾ, ਤੇਰਾ ਵਹਿਮ ਆ। ਰੋਈ ਗੱਲ ਹੈ ਨਾ, ਉਹ ਕਾਕਾ ਤੂੰ ਨੀ ਚੱਲਦਾ, ਇਹ ਤੇਰਾ ਟਾਈਮ ਹੈ, ਇੰਡਸਟਰੀ ਤੂੰ ਹੀ ਖਿੱਚੀ ਫਿਰਦਾ। ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਫੈਨਸ ਵੱਲੋਂ ਕਮੈਂਟਾਂ ਦੀ ਅਜਿਹੀ ਹਨੇਰੀ ਲਿਆਂਦੀ ਗਈ ਕਿ ਜਿਸ ਨੂੰ ਦੇਖ ਤੁਸੀਂ ਹੈਰਾਨ ਰਹਿ ਜਾਓਗੇ।
ਹੁਣ ਦੇਖਣਾ ਇਹ ਹੋਵੇਗਾ ਕਿ ਆਖਿਰਕਾਰ ਇਹ ਕੰਟਰੋਵਰਸੀ ਕਿੱਥੇ ਜਾ ਖਤਮ ਹੁੰਦੀ ਹੈ ਅਤੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕਮੈਂਟ ਕਰਕੇ ਦੱਸਣਾ ਕਿ ਇਸ ਤਰ੍ਹਾਂ ਪੁਰਾਣੇ ਗਾਇਕਾਂ ਵੱਲੋਂ ਬਿਨਾਂ ਕਿਸੇ ਗੱਲ ਜਾਂ ਵੈਰ ਵਿਰੋਧ ਤੋਂ ਸਿੱਧੂ ਮੂਸੇਵਾਲੇ ਨੂੰ ਗਲਤ ਬੋਲਣ ਦਾ ਕੀ ਕਾਰਨ ਹੋ ਸਕਦਾ ਹੈ। ਜੇਕਰ ਤੁਸੀਂ ਵੀ ਸਿੱਧੂ ਮੂਸੇਵਾਲੇ ਦੇ ਫੈਨ ਹੋ ਤਾਂ ਇਸ ਵੀਡੀਓ ਵਿੱਚ ਮੂਸੇਵਾਲਾ ਜਿੰਦਾਬਾਦ ਜ਼ਰੂਰ ਲਿਖਣਾ। ਇਸ ਨਾਲ ਮਿਲਦੇ ਹਾਂ ਕਿਸੇ ਹੋਰ ਨਵੀਂ ਅਪਡੇਟ ਨਾਲ। ਜੇਕਰ ਤੁਸੀਂ ਵੀ ਇਸ ਚੈਨਲ ਦੇ ਨਵੇਂ ਹੋ ਤਾਂ ਇਸੇ ਤਰ੍ਹਾਂ ਦੀਆਂ ਪੰਜਾਬੀ ਇੰਡਸਟਰੀ ਨਾਲ ਜੁੜੀਆਂ ਹਰ ਨਵੀਆਂ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਤੁਹਾਡਾ ਦਿਨ ਸ਼ੁਭ ਰਹੇ। ਧੰਨਵਾਦ।